ਨਮਸਕਾਰ ਦੋਸਤੋ, ਕੀ ਹਾਲ ਚਾਲ ਨੇ। ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ 'ਤੇ ਸਾਗਰ ਜੀ ਬਲੌਗਸ। ਹੰਸਰਾਜ ਮਹਾਰਾਜ ਇਹਨਾਂ ਨੇ ਪਹਿਲਾਂ ਟੀਜ਼ਰ ਪਾਇਆ ਸੀ ਅੱਜ ਪਾਤੀਪੁਰੀ ਗੀਤ ਗੋਬਿੰਦਾ ਗੋਪਾਲਾ, ਅਤੇ ਗੋਬਿੰਦਾ ਗੋਪਾਲਾ ਅੱਜ ਤੁਹਾਨੂੰ ਪਤਾ ਹੀ ਆ, ਕ੍ਰਿਸ਼ਨ ਮਹਾਰਾਜ ਜੀ ਅਤੇ ਸ਼੍ਰੀ ਰਾਧਾ ਰਾਣੀ ਜੀ ਕੀ ਜੈ ਜੈਕਾਰ। ਅਤੇ ਸੁਣੋ ਤੁਸੀਂ ਪਹਿਲਾਂ ਭੇਟ ਦਾ ਗੀਤ ਦਾ ਸਭ ਤੋਂ ਵਧੀਆ ਟੱਪਾ। ਹਾਂਜੀ ਦੋਸਤੋ, ਤਾਂ ਇਸ ਗੀਤ ਦਾ ਸੈਟ ਵੀ ਵਧੀਆ ਹੈਗਾ, ਬਟ ਇਹ ਟੱਪਾ ਜਿਹਾ ਬੈਸਟ ਤਾਂ ਸੀ, ਕਿਉਂਕਿ ਇਹਦੇ 'ਚ ਕਿਹਾ ਗਿਆ ਕਿ ਜਿਹਨੂੰ ਹਾਰਨ ਦੀ ਆਦਤ ਸੀਗੀ ਨਾ, ਉਹ ਬੰਦਾ ਜਿੱਤਣ ਲੱਗ ਪਿਆ। ਜਿਹਨੂੰ ਹਾਰਨ ਦੀ ਆਦਤ ਸੀਗੀ ਉਹ ਬੰਦਾ ਜਿੱਤਣ ਲੱਗ ਪਿਆ, ਭਲਾ ਕਿਉਂ? ਕਿਉਂਕਿ ਪਹਿਲਾਂ ਉਹਨੂੰ ਪਤਾ ਨਹੀਂ ਸੀਗਾ ਕਿ ਉਹ ਕਿਹਦੇ ਸ਼ਰਨ ਦੇ ਵਿੱਚ ਆ। ਜਦੋਂ ਕ੍ਰਿਸ਼ਨ ਮਹਾਰਾਜ ਅਤੇ ਸ਼੍ਰੀ ਰਾਧਾ ਰਾਣੀ ਜੀ ਦੀ ਸ਼ਰਨ ਦੇ ਵਿੱਚ ਆਇਆ, ਉਹਨਾਂ ਦੀ ਕਿਰਪਾ ਦੇ ਨਾਲ ਆਇਆ, ਤਾਂ ਉਹ ਬੰਦੇ ਦੇ ਕੰਮ ਹੌਲੀ ਹੌਲੀ ਅਸੰਭਵ ਤੋਂ ਸੰਭਵ ਹੋਣ ਲੱਗ ਪਏ, ਅਤੇ ਫੇਲੀਅਰ ਤੋਂ ਸਕਸੈਸ ਦੇ ਰਾਹ 'ਤੇ ਤੁਰਨ ਲੱਗ ਪਿਆ। ਤਾਂ ਕਹਿੰਦੇ ਆ ਤਾਂ ਇਹ ਹੰਸਰਾ ਰੋਬਸ਼ੀ ਨੇ ਕਿਹਾ ਜਾਂ ਦੇਖੋ ਇਹਦੇ ਵਿੱਚ ਕੀ ਹੈਗਾ, ਮੁੰਡਾ ਸੈਟੇਲਾਈਟ ਲੈ ਕੇ ਜਾਂਦਾ ਹੈ, ਉਹਨੇ ਲਾਂਚ ਕਰਨੀ ਆ ਸਪੇਸ ਦੇ ਵਿੱਚ, ਬਟ ਲਾਂਚ ਕਰਨ ਤੋਂ ਪਹਿਲਾਂ ਹੀ ਏਰਰ ਆ ਜਾਂਦਾ ਆ, ਅਤੇ ਜਿਹੜੇ ਬੰਦੇ ਥੱਲੇ ਸਾਇੰਟਿਸਟ ਹੁੰਦੇ ਉਹਨਾਂ ਕਹਿੰਦੇ ਇਹਨੂੰ ਹੀਰੋ ਬਣਦੀ ਆਦਤ ਹੈ, ਇਹਨੂੰ ਇੱਦਾਂ ਉੱਦਾਂ। ਤਾਂ ਕ੍ਰਿਸ਼ਨ ਮਹਾਰਾਜ ਵਾਸੂਦੇਵ ਮਹਾਰਾਜ ਜੀ ਆਪਣੇ ਫੋਟੋ ਜਦੋਂ ਹੁੰਦੀ ਬੰਦੇ ਕੋਲ ਤਾਂ ਉੱਥੇ ਯਾਦ ਕਰਦਾ, ਇੱਦਾਂ ਨਾਮ ਜਪ ਕਰਦਾ ਕ੍ਰਿਸ਼ਨ ਮਹਾਰਾਜ ਸ਼੍ਰੀ ਰਾਧਾ ਰਾਣੀ ਜੀ ਦੀ ਜਗ੍ਹਾ, ਅਤੇ ਉਹ ਤੋਂ 10 ਮਿੰਟ ਬਾਅਦ ਹੀ ਏਰਰ ਜਿਹੜਾ ਸੀਗਾ ਏਰਰ ਨੂੰ ਹਟ ਜਾਂਦਾ, ਅਤੇ ਉੱਥੇ ਆ ਜਾਂਦਾ ਲਾਂਚਿੰਗ ਰੈਡੀ ਟੂ ਇੰਟੈਲੀਜੈਂਸ਼ਨ, ਯਾਨੀ ਕਿ ਇੰਟੈਲੀਜੈਂਸ਼ਨ ਲਈ ਤਿਆਰ ਆ, ਆਪਣਾ ਜਿਹੜਾ ਹੈਗਾ ਆ ਸੈਟੇਲਾਈਟ ਛੱਡਣ ਵਾਸਤੇ ਤਿਆਰ ਆ। ਤਾਂ ਜਿਹੜੇ ਥੱਲੇ ਬੰਦੇ ਬੈਠੇ ਸੀ ਉਹ ਕਹਿੰਦੇ ਕਿ ਹਾਂ ਵੀ ਕੀ ਚੱਕਰ ਆ ਬੈਲਡਨ ਬੋਏ, ਉਹ ਕਹਿੰਦਾ ਕਿ ਤੁਸੀਂ ਗਿਆਨ ਦਿੰਦੇ ਫਿਰਦੇ ਸੀਗੇ ਭਰਾਵਾ, ਜਿਨ੍ਹਾਂ ਨੇ ਸ੍ਰਿਸ਼ਟੀ ਨੂੰ ਸਭ ਕੁਛ ਸਿਖਾਇਆ, ਤੁਸੀਂ ਹੁਣ ਕਦੀ ਰੱਬ ਨੂੰ ਮੰਨ ਲਿਆ ਕਰੋ। ਤਾਂ ਭਗਵਾਨ ਜੀ ਨੂੰ ਜਦੋਂ ਕ੍ਰਿਸ਼ਨ ਮਹਾਰਾਜ ਜੀ ਸ਼੍ਰੀ ਰਾਧਾ ਰਾਣੀ ਜੀ ਮੰਨਦਾ ਆ ਅਤੇ ਮੁੰਡੇ ਦਾ ਕੰਮ ਬਣ ਜਾਂਦਾ ਆ, ਬਟ ਜੇ ਉਹ ਨਾ ਮੰਨਦਾ ਹੁੰਦਾ, ਨਾ ਨਾਮ ਜਪ ਕਰਦਾ ਹੁੰਦਾ, ਨਾ ਪ੍ਰਭੂ ਜੀ ਸ਼ਰਨ ਥੱਲੇ ਆਇਆ ਹੁੰਦਾ, ਕ੍ਰਿਸ਼ਨ ਮਹਾਰਾਜ ਜੀ ਅਤੇ ਸ਼੍ਰੀ ਰਾਧਾ ਰਾਣੀ ਕਿਰਪਾ ਦੇ ਥੱਲੇ ਨਾ ਆਇਆ ਹੁੰਦਾ, ਨਾ ਨਾਮ ਜਪ ਕਰਦਾ ਹੁੰਦਾ, ਅਤੇ ਮੁੰਡਾ ਅੱਜ ਫੇਲ ਹੋਣਾ ਸੀ। ਇਸ ਵਿੱਚ ਇਹ ਦਿਖਾਇਆ ਗਿਆ ਆ ਕਿ ਜੇ ਤੁਸੀਂ ਅੱਜ ਕੱਲ੍ਹ ਯੁੱਗ ਦੇ ਵਿੱਚ ਆਇਓ, ਕੀ ਪਤਾ ਨਹੀਂ ਪਹਿਲਾਂ ਤੁਹਾਡੀ ਆਤਮਾ ਕੀ ਹੋਣੀ ਸੀ ਕਿ ਨਹੀਂ। ਤਾਂ ਹੰਸਰਾਜ ਰਘੁਵੰਸ਼ੀ ਜੀ ਕਹਿੰਦੇ ਨੇ ਕ੍ਰਿਸ਼ਨ ਗੋਪਾਲਾ ਜਿਨ੍ਹਾਂ ਨੇ ਰਾਧਾ ਜੀ ਕੇ ਵੀ ਦਿਲ ਮੈਂ ਆਪਣੀ ਜਗ੍ਹਾ ਬਣਾਈ, ਔਰ ਮੀਰਾ ਕੋ ਬਿਨਾਂ ਦੇਖੇ ਹੀ ਆਪਣਾ ਬਣਾ ਦਿਆ ਦੀਵਾਨਾ। ਤਾਂ ਇਹ ਚੀਜ਼ ਇਹ ਆ ਕਿ ਕ੍ਰਿਸ਼ਨ ਮਹਾਰਾਜ ਜੀ ਕਿੱਦਾਂ ਸੀਗੇ ਕਿ ਮਨਮੋਹਕ ਜੇ ਸੀਗੇ, ਕਿ ਜਿੰਨੀਆਂ ਵੀ ਗੋਪੀਆਂ ਸੀਗੀਆਂ ਸਾਰੀਆਂ ਤੁਹਾਨੂੰ ਪਤਾ ਹੀ ਆ ਕਿੱਦਾਂ ਕ੍ਰਿਸ਼ਨ ਜੀ ਮਹਾਰਾਜ ਦੇ ਉੱਪਰ ਮਾਰਦੀਆਂ ਸੀਗੀਆਂ। ਤਾਂ ਇਸ ਕਰਕੇ ਬਹੁਤ ਹੀ ਵਧੀਆ ਇੱਕ ਸੁਭਾਅ ਸੀਗਾ ਆਪਣੇ ਕ੍ਰਿਸ਼ਨ ਮਹਾਰਾਜ ਜੀ ਦਿਖਾਇਆ ਉਹਨਾਂ ਨੇ ਇਹਦੇ ਵਿੱਚ, ਕਿ ਦੱਸਿਆ ਗਿਆ ਦਿਖਾਇਆ ਗਿਆ ਕਿ ਕ੍ਰਿਸ਼ਨ ਮਹਾਰਾਜ ਜੋ ਹੈਗੇ ਨੇ ਜੇ ਤੁਸੀਂ ਭਗਤੀ ਕਰੋਗੇ, ਇਕੱਲੇ ਗੋਪੀਆਂ ਨਹੀਂ ਤੁਹਾਡੇ ਅੱਗੇ ਦਾਸ ਜਿਹੜੇ ਪ੍ਰਭੂ ਜੀ ਦੇ ਹੈਗੇ ਕ੍ਰਿਸ਼ਨ ਮਹਾਰਾਜ ਜੀ ਦੇ ਸ਼੍ਰੀ ਰਾਧਾ ਰਾਣੀ ਜੀ ਦੇ, ਉਹਨਾਂ ਦੀ ਵੀ ਕਿਰਪਾ ਕਰੂਗੇ ਜਿੱਦਾਂ ਕਿ ਆ ਮੁੰਡੇ ਦੇ ਕੀਤੀ ਆ। ਇਸ ਕਰਕੇ ਹੰਸਰਾਜ ਰਘੁਵੰਸ਼ੀ ਜੀ ਕਹਿੰਦੇ ਆ ਕਿ ਬੜੇ ਦਿਆਲੂ ਨੇ ਕ੍ਰਿਸ਼ਨ ਮਹਾਰਾਜ, ਸ਼੍ਰੀ ਰਾਧਾ ਰਾਣੀ ਬਹੁਤ ਦਿਆਲੂ ਨੇ, ਬਸ ਕਿਰਪਾ ਉਹਨਾਂ ਦੀ ਜੋ ਧਰਤੀ ਹੋਜੂਗੀ ਨਾ ਫਿਰ ਤੁਹਾਨੂੰ ਪਤਾ ਲੱਗੂਗਾ, ਉਦੋਂ ਤੱਕ ਤੁਹਾਨੂੰ ਨਹੀਂ ਪਤਾ ਲੱਗਦਾ ਜਦੋਂ ਤੱਕ ਤੁਸੀਂ ਸੱਚੇ ਦਿਲੋਂ ਨਾਮ ਜਪ ਨਹੀਂ ਕਰਦੇ, ਭਗਤੀ ਨਹੀਂ ਕਰਦੇ। ਤਾਂ ਇਸ ਕਰਕੇ ਭਗਤੀ ਕਰਨੀ ਚਾਹੀਦੀ ਹੈ, ਨਾਮ ਜਪ ਸੱਚੇ ਦਿਲੋਂ ਕਰਨਾ ਚਾਹੀਦਾ ਆ। ਹਰੇ ਗੋਪਾਲਾ ਹਰੇ ਗੋਪਾਲਾ, ਅਤੇ ਜੈ ਸ਼੍ਰੀ ਰਾਧੇ ਜੈ ਸ਼੍ਰੀ ਰਾਧੇ ਕ੍ਰਿਸ਼ਨ ਮਹਾਰਾਜ। ਜਾਕਰ ਮੈਂ ਗਾਣੇ ਦਾ ਇੰਨਾ ਟੱਪਾ ਹੀ ਪਾਉਣਾ ਚਾਹੁੰਦਾ ਸੀਗਾ, ਕਿਉਂਕਿ ਜ਼ਿਆਦਾ ਟੱਪਾ ਪਾਊਂਗਾ ਅਤੇ ਭਾਈ ਜੀ ਨੇ ਬਾਰ ਬਾਰ ਇੱਕੋ ਗੱਲ ਕਹੀ ਆ, ਹਰੇ ਗੋਪਾਲਾ ਕ੍ਰਿਸ਼ਨ ਜੀ ਕੀ ਜੈ ਜੈਕਾਰ। ਅਤੇ ਬਾਕੀ ਜੋ ਗਾਣੇ ਦਾ ਮੇਨ ਮਤਲਬ ਤੁਹਾਨੂੰ ਮੈਂ ਦੱਸ ਦਿੱਤਾ ਕਿ ਬਿਨਾਂ ਹੀ ਕਿਸੇ ਦੇ ਬਿਨਾਂ ਕਿਸੇ ਨੂੰ ਦਰਸ਼ਨ ਦਿੱਤੇ ਹੀ ਕ੍ਰਿਸ਼ਨ ਮਹਾਰਾਜ ਉਹਦੀ ਮਦਦ ਕਰ ਦਿੰਦੇ ਆ, ਜਿੱਦਾਂ ਇਸ ਮੁੰਡੇ ਦੀ ਕੀਤੀ ਆ, ਅਤੇ ਉਹਦੀ ਸੈਟੇਲਾਈਟ ਲਾਂਚ ਕਰ ਦਿੱਤੀ ਆ। ਤਾਂ ਬਾਕੀ ਚੈਨਲ ਜੇ ਨਵੇਂ ਨੇ ਲਾਈਕ ਕਰਨ, ਸਬਸਕ੍ਰਾਈਬ ਕਰਨ ਅਤੇ ਕਮੈਂਟ ਕਰਨ। ਬਾਕੀ ਉਹਨੇ ਨਾ ਸੋਚਿਆ ਕਰੋ ਕਿ ਇਹ ਗੀਤ ਆ ਅਤੇ ਗੀਤ ਦਾ ਮੈਂ ਸਾਰੇ ਤੁਹਾਨੂੰ ਟੱਪੇ ਪਾਵਾਂ, ਕਿਉਂਕਿ ਗੀਤ ਜਿਹੜਾ ਹੈਗਾ ਗੀਤ ਹੁੰਦਾ ਇੱਕ ਪ੍ਰਭੂ ਦੇ ਦਿਲ ਦੇ ਨਾਲ। ਤਾਂ ਉਹਦੇ ਬਾਰੇ ਬਹੁਤਾ ਵੀ ਬੰਦੇ ਨੂੰ ਵਿਸਤਾਰ 'ਚ ਕੀ ਦੱਸਣਾ, ਤੁਹਾਨੂੰ ਇੱਕੋ ਹੀ ਟੱਪੇ ਵਿੱਚ ਆਪਾਂ ਸਾਰਾ ਵਿਸਤਾਰ 'ਚ ਦੱਸਤਾ ਕਿ ਪੂਰਾ 3 ਮਿੰਟ ਦਾ ਗੀਤ ਜਿਹੜਾ ਹੈਗਾ ਉਹਦਾ ਕੀ ਮਤਲਬ ਆ। ਤਾਂ ਚੰਗਾ ਜੀ, ਧੰਨਵਾਦ, ਸ਼੍ਰੀ ਰਾਧੇ ਰਾਧੇ।